ਕੋਈ ਬੰਦਾ ਬੋਲਿਆ ਕਿ ਅਸੀਂ ਜੀ ਸ਼ੇਰ ਵਾਲਿਆਂ ਨਾਲ ਬੜਾ ਅਜ਼ਮਾਇਆ ਹੈ, ਵੇਖਿਆ ਹੈ, ਯੇ ਵੋ ਇਮਰਾਨ ਇਮਰਾਨ ਹੈ, ਇਮਰਾਨ ਖਾਂ ਆਇਆ ਇੱਥੇ ਮਹਿੰਗਾਈ ਕੀਤੀ ਚੱਲ, ਮੈਂ ਚੱਲ ਚੱਕਰ ਭਾਈ ਯਾਰ ਗੱਲ ਇਹ ਬੇਗ ਜੀ ਤੂੰ ਜੇ ਵੇਖੀ ਆਪਦੀ ਜ਼ਿੰਦਗੀ ਦੇ ਵਿੱਚ ਆਦਤ ਨਹੀਂ, ਨਮਾਜ਼ ਸ਼ਰੀਫ ਤੂੰ ਵੇਖਿਆ ਆਦਤ ਨਹੀਂ, ਇਮਰਾਨ ਖਾਂ ਤੂੰ ਵੇਖਿਆ ਆਦਤ ਨਹੀਂ, ਮੈਂ ਆਪਣਾ ਸਾਹਿਬ ਤਾਂ ਸ਼ਰੇਆਮ ਬੈਠਾ, ਜਦੋਂ ਵੀ ਜਾਓ ਹੈਂ ਆਪਦਾ ਜਾ ਕੇ ਦੁੱਖ ਸੁੱਖ ਤੁਸੀਂ ਆਪ ਸੁਣਾ ਕੇ ਆ ਸਕਦੇ ਜੀ, ਸਾਡੇ ਤੇਰੇ ਮੇਰੇ ਵਜੋਂ ਪੁੱਛਣ ਦੀ ਵੀ ਨਹੀਂ ਲੋੜ ਹੈਗੀ, ਅਤੇ ਫਿਰ ਸੋਚੀ ਪੈ ਗਿਆ ਕਹਿੰਦਾ ਯਾਰ ਗੱਲ ਤੇਰੀ ਠੀਕ ਹੈ, ਮੈਂ ਇਹ ਗਲਤੀਆਂ ਆਪਣੇ 'ਚ ਨੇ ਅਤੇ ਇਹਨਾਂ ਨੂੰ ਆਪਾਂ ਹੀ ਠੀਕ ਕਰਨੀਆਂ ਨੇ, ਵਰਨਾ ਇਹ ਨਹੀਂ ਹੋਣੀ ਗੱਲਾਂ ਨਾਲ ਸਾਰੇ ਕਹਿ, ਅਤੇ ਫਿਰ ਸਰ ਮੈਂ ਉਹਨਾਂ ਨੂੰ ਕਿਹਾ ਕਿ ਜਿੰਨੀਆਂ ਤੁਹਾਡੀਆਂ ਕੌਮਾਂ ਹੈਗੀਆਂ ਨੇ ਇੱਕ ਮੁੰਡੇ ਦੇ ਕਹਿਣ 'ਤੇ ਇਹ ਤੁਹਾਡਾ ਕੰਮ ਨਹੀਂ ਹੋਣ ਲੱਗਾ, ਤੁਹਾਡੇ ਜਿੰਨੇ ਹੈ ਤੁਹਾਡੇ ਗੁਆਤੀ ਹੋ ਗਿਆ ਔਰ ਰੰਗੜ ਮਲਕ ਤੇਲੀ ਇਹਨਾਂ ਦਾ ਸਾਰਿਆਂ ਦੇ ਘਾਇਆ ਬੰਦਾ ਉਹਨਾਂ ਦੇ ਨਾਮ ਲਿਖੇ ਨੇ ਔਰ ਉਹਨਾਂ ਨੂੰ ਭਾਗ ਕੇ ਇਹ ਕਿਹਾ ਹੈ ਕਿ ਤੁਹਾਡੇ ਸਾਰਿਆਂ ਦੇ ਕਹਿਣ 'ਤੇ ਸਾਹਿਬ ਨੇ ਇਹ ਕੰਮ ਕੀਤਾ ਹੈ, ਅਤੇ ਤੁਸੀਂ ਸਾਰਿਆਂ ਨੇ ਹੀ ਜਿਹੜੇ ਮੇਨ ਬੰਦੇ ਨੇ ਹਰ ਖਾਨਦਾਨ ਦਾ ਬੰਦਾ ਉੱਥੇ ਪਹੁੰਚੇ ਹਾਜ਼ਰੀ ਜਾ ਕੇ ਦੇਣੇ, ਦੇਖੋ ਇਹ ਅਕਸਰ ਇਵੇਂ ਹੁੰਦਾ ਹੈ ਇੱਕ ਬੰਦਾ ਜੀ ਸਰ ਨਹੀਂ ਆਉਣਗੇ ਪਹਿਲਾਂ ਪੜ੍ਹ ਕੇ ਲਿਆ ਜੀ ਸਰ, ਦੂਸਰੇ ਦਿਨ ਵੀ ਆਏ ਨੇ ਜੀ ਸਰ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਉਹਦਾ ਕੰਮ ਕਰਾ, ਕੰਮ ਹੋ ਗਿਆ ਸਵੇਰੇ ਐਕਸੀਡੈਂਟ ਗੱਲ ਹੋਈ ਗੱਲ ਅੱਜ ਹੋਈ, ਐਮ ਪੀ ਪੈਪਕੋ ਨੂੰ ਕੱਲ੍ਹ ਮੈਂ ਪੈਗਾਮ ਕੀਤਾ ਜਿਹੜਾ ਕਿ ਸਾਰੇ ਨੈਸਕੋ ਫੈਸਕੋ ਸਾਰੀਆਂ ਨੈਸਕੋ ਐਕਸ਼ਨਸ ਹੁੰਦੀਆਂ ਨੇ ਕੰਪਨੀਆਂ ਦਾ ਉਹ ਇੰਚਾਰਜ ਸਰ ਹੁੰਦਾ ਇਵੇਂ ਔਰ ਇੱਕ ਚੀਜ਼ ਹੈ ਕਿ ਇੱਕ ਬੰਦਾ ਇਹਦਾ ਮਤਲਬ ਹੈ ਕਿ ਮੈਂ ਕੰਮ ਨਾ ਕਰਦਾ ਦੇ ਖਿਲਾਫ ਤਾਂ ਮੈਂ ਇਹਨੂੰ ਲਾ ਦਿੰਦਾ ਮੈਨੇ ਲੁੱਕਾਂ ਲੁੱਕਾਂ ਲੈਂਦੇ ਫਿਰ ਉਹ ਕਹਿੰਦੇ ਕਿ ਹਾਂ ਆਪਾਂ ਜੀ ਇਹੀ ਨਹੀਂ ਕਿਉਂ ਜੀ ਜਨਾਬ ਬਿਲਕੁਲ ਸਾਰੇ ਸਹੀ ਪੀਲਿਆ ਸਾਰੇ ਹੀ ਹੋ ਗਿਆ ਹੋ ਵੀ ਜਾਂਦੇ ਨੇ ਲਿਆਦਾ ਉਹਨੂੰ ਸਾਡੀ ਲੋੜ ਨਹੀਂ ਮੈਂ ਤੁਹਾਨੂੰ ਵਜ੍ਹਾ ਮੈਂ ਦੱਸ ਔਰ ਉਹਨਾਂ ਕੋਲ ਮੂੰਹ ਵੀ ਕੋਈ ਨਹੀਂ ਵਿਖਾਉਣ ਵਾਸਤੇ ਉਸ ਦਿਨ ਉਹ ਬੈਠੇਗਾ ਜੀ ਕੋਈ ਸਭ ਗੁੱਸਾ ਖਾ ਦੋ ਨੰਬਰ ਕੁੱਤੋਂ ਕੰਮ ਸਮੇਂ ਨੇ ਉਹ ਤਾਂ ਸਾਰੇ ਕਰ ਲੈਂਦੇ 50 ਚੀਜ਼ਾਂ ਹੁੰਦੀਆਂ ਜੀ ਬੰਦੇ ਨੂੰ ਮਰਦ ਹੋਣਾ ਪੈਂਦਾ ਹਜ਼ਾਰ ਚੀਜ਼ ਮਰਦ ਹੋਣਾ ਪੈਂਦਾ ਕਿਉਂ ਜੀ ਬਾਬਾ ਜੀ ਇਸ ਤਰ੍ਹਾਂ ਹੀ ਹੈ ਨਾ ਰੋਣਾ ਪੈਂਦਾ ਕਰਨਾ ਪੈਂਦਾ 100% ਮਰਦ ਹੋ ਜਾਂਦਾ